ਪਾਕਿਸਤਾਨ ਦੇ ਡਾਨ ਅਖਬਾਰ ਨੇ ਪ੍ਰਕਾਸ਼ਿਤ ਕੀਤਾ ਕਿ ਆਹ ਹਵੇਲੀ ਬਾਰੇ ਇਹ ਵਿਵਾਦ ਛਿੜਿਆ ਜਾਂ ਇਹ ਜਿਹੜਾ ਸਰਦਾਰਾਂ ਦੀ ਹਵੇਲੀ ਸੀ ਉਹ ਸਰਦਾਰਾਂ ਦੀ ਹਵੇਲੀ ਬਰਕਰਾਰ ਰਹਿਣੀ ਚਾਹੀਦੀ ਹੈ, ਨਾ ਕਿ ਗੁਰੂ ਨਾਨਕ ਦੇਵ ਜੀ ਮਹਿਲ ਦੇ ਨਾਂ ਨਾਲ ਉਹਨਾਂ ਨੂੰ ਦਰਸਾਇਆ ਗਿਆ। ਗੁਰੂ ਨਾਨਕ ਦੇਵ ਜੀ ਤਾਂ ਬਹੁਤ ਪਹਿਲਾਂ ਦੀ ਗੱਲ ਹੈ, ਇਹ ਤਾਂ ਬਾਅਦ 'ਚ ਇਹ ਸਾਰੀਆਂ ਹਵੇਲੀਆਂ ਜੋ ਵੀ ਬਣਿਆ। ਅਤੇ ਜਦੋਂ ਅਸੀਂ ਮੇਰਾ ਜਨਮ ਉੱਥੋਂ ਦਾ ਪਿੰਡ ਬਾਠਾਂ ਵਾਲਾ ਜ਼ਿਲ੍ਹਾ ਨਰੋਵਾਲ, ਔਰ ਇਸੇ ਹਵੇਲੀ 'ਚ ਮੇਰਾ ਜਨਮ ਹੋਇਆ ਸੀ 1945 'ਚ। ਲੇਕਿਨ ਮੈਂ ਜੋ ਕੁਝ ਸੁਣਦਾ ਹਾਂ ਆਪਣੇ ਬਜ਼ੁਰਗਾਂ ਕੋਲੋਂ ਕਿ ਵੀ ਇਹ ਹਵੇਲੀ ਜਿਹੜੀ ਹੈ ਸਾਡੇ ਬਜ਼ੁਰਗਾਂ ਦੀ ਵਿਰਾਸਤ ਹੈ। ਸਰਦਾਰ ਲੱਦਾ ਸਿੰਘ ਮੇਰੇ ਦਾਦਾ ਜੀ ਸੀਗੇ, ਪੜਦਾਦਾ ਜੀ ਮੇਰੇ, ਝੰਡਾ ਸਿੰਘ ਮੇਰੇ ਦਾਦਾ ਜੀ ਸੀ ਔਰ ਲੱਦਾ ਸਿੰਘ ਮੇਰੇ ਪੜਦਾਦਾ ਸੀਗੇ। ਲੱਦਾ ਸਿੰਘ ਔਰ ਗੁਲਾਬ ਸਿੰਘ ਪੱਗ ਵੱਟ ਭਰਾ ਸੀ। ਇਹ ਜਿਹੜੇ ਮਹਾਰਾਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਮੇਰੇ ਪੜਦਾਦਾ ਜੀ ਅੱਛੇ ਅਹੁਦੇ 'ਤੇ ਤੈਨਾਤ ਸੀਗੇ। ਔਰ ਬਜ਼ੁਰਗਾਂ ਇਹ ਵੀ ਸਾਨੂੰ ਦੱਸਦੇ ਹੁੰਦੇ ਸੀ ਕਿ ਸਾਡੇ ਜਿਹੜਾ ਹਵੇਲੀ ਸੀ ਇਹ ਬੜਾ ਵੱਡਾ ਗੇਟ ਸੀ ਜਿੱਥੋਂ ਦੀ ਹਾਥੀ ਨਿਕਲ ਜਾਂਦਾ ਸੀਗਾ। ਹਾਥੀ 'ਤੇ ਜਦੋਂ ਕਿਤੇ ਆਉਂਦੇ ਹੁੰਦੇ ਸੀਗੇ ਮਹਾਰਾਜਾ ਰਣਜੀਤ ਸਿੰਘ ਸਾਡੇ ਕੋਲ ਇੱਕ ਦੋ ਚਾਰ ਦਿਨ ਠਹਿਰਦੇ ਹੁੰਦੇ ਸੀ, ਅਤੇ ਸਾਨੂੰ ਤਾਂ ਬੜਾ ਮਾਣ ਆ। ਔਰ ਇਹ ਇਹੋ ਜਿਹਾ ਵਿਵਾਦ ਖੜ੍ਹਾ ਨਹੀਂ ਹੋਣਾ ਚਾਹੀਦਾ ਕਿਸੇ ਵੀ ਕੌਮ ਦੇ ਵਿੱਚ। ਇਹ ਸਿੱਖਾਂ ਦੀ ਇਹ ਜਿਹੜੀ ਹੈਗੀ ਆ ਸਰਦਾਰਾਂ ਦੀ ਹਵੇਲੀ ਆ, ਅਤੇ ਸਰਦਾਰਾਂ ਦੀ ਹਵੇਲੀ ਰਹੇਗੀ। ਇਹ ਪਾਕਿਸਤਾਨ ਸਰਕਾਰ ਦਾ ਫਰਜ਼ ਬਣਦਾ ਕਿ ਬਈ ਇਹਨੂੰ ਬਰਕਰਾਰ ਰੱਖਿਆ ਜਾਵੇ। ਮੇਰੇ ਦਾਦਾ ਜੀ ਸਰਦਾਰ ਸੰਪੂਰਨ ਸਿੰਘ ਭਿੰਡਰ, ਜੋ ਕਿ ਪਾਕਿਸਤਾਨ ਤੋਂ ਬਾਠਾਂ ਵਾਲੇ ਤੋਂ ਆਏ ਸੀ, ਔਰ ਉਹ ਉਹਨਾਂ ਨੇ ਸਾਰੀਆਂ ਗੱਲਾਂ ਸਾਨੂੰ ਦੱਸੀਆਂ। ਉਹਨਾਂ ਨੇ ਹੀ ਇਹ ਹਵੇਲੀ ਦੇ ਵਿੱਚ ਰਹੇ ਆ, ਉਹਨਾਂ ਨੇ ਇਸ ਹਵੇਲੀ ਬਾਰੇ ਸਾਨੂੰ ਦੱਸਿਆ। ਪਰ ਇਹਦਾ ਹਵੇਲੀ ਨਾਲ ਕੋਈ ਧਾਰਮਿਕ ਨਾਲ ਕੋਈ ਸੰਬੰਧ ਨਹੀਂ ਆ, ਇਸ ਨਾਲ ਗੁਰੂ ਨਾਨਕ ਦੇਵ ਜੀ ਦਾ ਕੋਈ ਸੰਬੰਧ ਨਹੀਂ ਆ। ਗੁਰੂ ਨਾਨਕ ਦੇਵ ਜੀ ਦੀ ਜਨਮ ਧਰਤੀ ਸ੍ਰੀ ਕਰਤਾਰਪੁਰ ਸਾਹਿਬ ਹੀ ਆ। ਇਹ ਹਵੇਲੀ ਬਹੁਤ ਟਾਈਮ ਬਾਅਦ ਵਿੱਚ ਬਣੀ ਆ, ਜਦਕਿ ਇਹਨਾਂ ਨੇ ਇਹ ਸਾਰੇ ਧਾਰਮਿਕ ਮੁੱਦਿਆਂ ਦੇ ਵਿੱਚ ਸਾਰੇ ਸਿਸਟਮ ਨੂੰ ਕਰ ਦਿੱਤਾ ਆ, ਜਦਕਿ ਕੰਮ ਨਹੀਂ ਹੋਣਾ ਚਾਹੀਦਾ। ਇਹ ਵਿਰਾਸਤੀ ਹਵੇਲੀ ਆ, ਇਹਨੂੰ ਵਿਰਾਸਤ ਦੇ ਵਿੱਚ ਹੀ ਕਾਇਮ ਰੱਖਣਾ ਚਾਹੀਦਾ ਹੈ। ਜੋ ਇਹ ਪਾਕਿਸਤਾਨ ਵਿੱਚ ਬਾਠਾਂ ਵਾਲੇ ਪਿੰਡ 'ਚ ਹਵੇਲੀ ਦਾ ਵਿਵਾਦ ਆ, ਇਹ ਬੇਲੋੜਾ ਵਿਵਾਦ ਖੜ੍ਹਾ ਹੋ ਗਿਆ, ਜੋ ਕਿ ਨਹੀਂ ਹੋਣਾ ਚਾਹੀਦਾ। ਇਹ ਹਵੇਲੀ ਜਿਹੜੀ ਆ ਮੇਰੇ ਜਿਹੜਾ ਸਹੁਰਾ ਪਰਿਵਾਰ ਆ, ਉਹ ਭਿੰਡਰ ਪਰਿਵਾਰ ਆ, ਉਹਨਾਂ ਦੇ ਹਵੇਲੀ ਸੀਗੀ। ਮੇਰੇ ਦਾਦਾ ਜੀ ਸਰਦਾਰ ਸੰਪੂਰਨ ਸਿੰਘ ਭਿੰਡਰ, ਜੋ ਕਿ ਮੇਰੇ ਗ੍ਰੈਂਡਫਾਦਰ ਲਾ ਸੀ, ਉਹਨਾਂ ਦੇ ਦਾਦਾ ਜੀ ਸਰਦਾਰ ਲੱਦਾ ਸਿੰਘ, ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਸਿੱਖ ਉੱਚੇ ਅਹੁਦੇ 'ਤੇ ਬਿਰਾਜਮਾਨ ਸਨ, ਉਹਨਾਂ ਨੇ ਇਹ ਹਵੇਲੀ ਜਿਹੜੀ ਆ ਆਪਣੇ ਸਮੇਂ 'ਤੇ ਉਸਾਰੀ ਸੀ। ਅਤੇ ਉਹਨਾਂ ਦਾ ਪਰਿਵਾਰ ਜਿਹੜਾ ਵਾ ਗਾਂ, ਉਹਨਾਂ ਦੇ ਜੋ ਵੀ ਲੜਕੇ ਹੋਏ ਨੇ ਉਹ ਉਹਨਾਂ ਦੇ ਪੀੜ੍ਹੀ ਦਰ ਪੀੜ੍ਹੀ ਉੱਥੇ ਰਹੇ ਆ। ਪਾਕਿਸਤਾਨ ਦੀ ਵੰਡ ਹੋਣ ਤੋਂ ਬਾਅਦ ਇਹ ਭਾਰਤ 'ਚ ਆ ਗਏ ਆ। ਉਹ ਹਵੇਲੀ ਜਿਹੜੀ ਆ ਉੱਥੋਂ ਦੇ ਜੋ ਵੱਖ ਬੋਰਡ ਜਾਂ ਉੱਥੋਂ ਦੇ ਕੁਝ ਲੋਕਾਂ ਨੇ ਆਪਣੇ ਕਬਜ਼ੇ 'ਚ ਲਈ ਆ। ਉਹਨਾਂ ਦਾ ਜੋ ਵੀ ਇਹਨਾਂ ਨੇ ਹਵੇਲੀ ਜਿਨ੍ਹਾਂ ਲੋਕਾਂ ਨੇ ਅਧੇੜੀ ਆ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਵਾ, ਪਾਕਿਸਤਾਨ ਸਰਕਾਰ ਦਾ ਇਹ ਫਰਜ਼ ਬਣਦਾ ਵਾ ਉਹਨਾਂ ਲੋਕਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਅਤੇ ਹਵੇਲੀ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੀ ਬਣੀ ਸੀ, ਸਰਦਾਰਾਂ ਦੀ ਹਵੇਲੀ ਸੀ, ਉਹਨੂੰ ਹਵੇਲੀ ਦੇ ਵਿੱਚ ਹੀ ਕਾਇਮ ਰੱਖਿਆ ਜਾਵੇ। ਮੈਂ ਇੱਥੇ ਇੱਕ ਜ਼ਰੂਰੀ ਬੇਨਤੀ ਸਿੱਖ ਕੌਮ ਨੂੰ ਕਰਨੀ ਚਾਹਾਂਗਾ ਕਿ ਧਾਰਮਿਕ ਜਗ੍ਹਾ ਜਿਹੜੀਆਂ ਵੀ ਹੁੰਦੀਆਂ ਨੇ, ਜਿੱਥੇ ਜਿੱਥੇ ਸਾਡੇ ਗੁਰੂ ਦਾ ਸਾਹਿਬਾਨ ਨੇ ਉਹ ਬੜੇ ਸਾਡੇ ਸਤਿਕਾਰਯੋਗ ਨੇ, ਜਿੱਥੇ ਉਹਨਾਂ ਨੇ ਕੋਈ ਤਪੱਸਿਆ ਕੀਤੀ ਜਾਂ ਜਿੱਥੇ ਉਹ ਰਹੇ ਨੇ ਜਿੱਥੇ ਠਹਿਰੇ ਆ, ਉਹਨਾਂ ਦਾ ਉੱਥੇ ਯਾਦਾਸ਼ਤਾਂ ਬਣਨੀਆਂ ਚਾਹੀਦੀਆਂ। ਪਰੰਤੂ ਕੁਝ ਲੋਕ ਜਿਹੜੇ ਨੇ ਆਪਣੇ ਮਫਾਦਾਂ ਵਾਸਤੇ ਇਹ ਸੌੜੀ ਸੋਚ ਰੱਖ ਕੇ ਅਤੇ ਇਹ ਬੇਲੋੜਾ ਵਿਵਾਦ ਖੜ੍ਹਾ ਕਰਦੇ ਆ। ਇਹ ਬੇਲੋੜਾ ਵਿਵਾਦ ਖੜ੍ਹਾ ਨਹੀਂ ਕਰਨਾ ਚਾਹੀਦਾ, ਅਤੇ ਸਿੱਖ ਕੌਮ ਨੂੰ ਵੀ ਇਸ ਗੱਲ ਤੋਂ ਜਾਗਰੂਕ ਹੋਣਾ ਚਾਹੀਦਾ ਵੀ ਕਿੱਥੇ ਸਾਡੇ ਗੁਰੂ ਸਾਹਿਬ ਰਹੇ ਆ, ਕਿੱਥੇ ਉਹਨਾਂ ਨੇ ਭਗਤੀ ਕੀਤੀ ਆ, ਕਿੱਥੇ ਕਿੱਥੇ ਗਏ ਆ, ਉੱਥੇ ਉਹਨਾਂ ਦੀਆਂ ਯਾਦਗਾਰਾਂ ਬਣੀਆਂ ਨੇ, ਨਾ ਕਿ ਨਵਾਂ ਵਿਵਾਦ ਖੜ੍ਹਾ ਕੀਤਾ ਜਾਵੇ। ਇਹਨਾਂ ਕਹਿੰਦਾ ਹੋਇਆ ਚਿਮਦਾ ਜਾਜ ਕਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।